वाहिगुरु जी का खालसा, वाहिगुरु जी की फतेह। सो गुरु प्यारियो, इस वीडियो दे विच अपां ने महाराजा रणजीत सिंह दी जो पोती सोफिया है इहदे बारे गल करनी है, जो कि इंग्लैंड दे विच पली हुई है ते इधर दा उहनूं कुछ नहीं पता। ठीक है जी। सो कहानी महाराणी विक्टोरिया दलीप सिंह सोफिया ते उहदियां जो भैणां ने उहनां दे इर्द गिर्द घूमदी है। ਤੁਸੀਂ ਆਪਣੇ ਆਪ ਨੂੰ ਬਕਿੰਗਮ ਪੈਲਸ, ਮਹਾਰਾਣੀ ਵਿਕਟੋਰੀਆ ਅਤੇ ਲਾਹੌਰ ਦੇ ਵਿੱਚ ਪਾਓਗੇ ਜਿਉਂ ਜਿਉਂ ਤੁਸੀਂ ਇਹ ਵੀਡੀਓ ਦੇ ਅੱਗੇ ਸੁਣਦੇ ਜਾਓਗੇ। ਸੋ ਅੱਜ ਆਪਾਂ ਨੇ ਪਹਿਲਾ ਭਾਗ ਤੁਹਾਡੇ ਰੂਬਰੂ ਕਰਨਾ, ਸਾਰੀ ਵੀਡੀਓ ਸੁਣਿਓ ਧਿਆਨ ਨਾਲ ਅਤੇ ਅੱਗੇ ਜ਼ਰੂਰ ਸ਼ੇਅਰ ਕਰਿਓ। ਦੋਸਤੋ, ਅਗਸਤ ਮਹੀਨਾ ਸੰਨ 1876, ਮਹਾਰਾਣੀ ਵਿਕਟੋਰੀਆ ਬਕਿੰਗਮ ਪੈਲਸ ਦੇ ਗਾਰਡਨ ਦੇ ਵਿੱਚ ਬੈਠੀ ਬਗੀਚੇ ਦੀ ਹਰਿਆਵਲ ਅਤੇ ਮਾਲੀਆ ਵੱਲੋਂ ਲਾਏ ਹੋਏ ਫੁੱਲਾਂ ਦੀ ਖੁਸ਼ਬੋ ਦਾ ਆਨੰਦ ਮਾਣ ਰਹੀ ਸੀ। ਇਹ ਸਾਲ ਦੀ ਗਰਮੀ ਨੇ ਸਾਰੇ ਰਿਕਾਰਡ ਤੋੜਦੇ ਸੀ। ਪਿਛਲੇ 40 ਦਿਨਾਂ ਤੋਂ ਮੀਂਹ ਦੀ ਇੱਕ ਕਿਣੀ ਵੀ ਨਹੀਂ ਸੀ ਡਿੱਗੀ। ਲੋਕਾਂ ਨੂੰ ਲੱਗਦਾ ਸੀ ਜਿਵੇਂ ਬ੍ਰਿਟੇਨ ਨੂੰ ਇੰਡੀਆ ਦੇ ਮੌਸਮ ਨੇ ਘੇਰਾ ਪਾ ਲਿਆ ਹੋਵੇ। ਮਹਾਰਾਣੀ ਵਿਕਟੋਰੀਆ ਬਗੀਚੇ ਵਿੱਚ ਰੁਮਕਦੀ ਹਵਾ ਨੂੰ ਮਾਨਣਾ ਅੰਦਰ ਬੈਠਣ ਨਾਲੋਂ ਕਿਤੇ ਵੱਧ ਪਸੰਦ ਕਰਦੀ ਸੀ। ਨਾਸ਼ਤੇ ਤੋਂ ਬਾਅਦ ਉਸ ਲਈ ਟੇਬਲ ਲਾ ਦਿੱਤਾ ਜਾਂਦਾ ਸੀ ਤੇ ਉਹ ਕਈ ਸਾਰੀਆਂ ਚਿੱਠੀਆਂ ਦਾ ਜਵਾਬ ਦਿੰਦੀ। ਕੁਝ ਕੁ ਚਿੱਠੀਆਂ ਉਹਦੀਆਂ ਨਿੱਜੀ ਹੁੰਦੀਆਂ ਜਿਨ੍ਹਾਂ ਦਾ ਜਵਾਬ ਉਹ ਆਪ ਲਿਖਦੀ ਸੀ, ਅਤੇ ਕੁਝ ਚਿੱਠੀਆਂ ਦਫ਼ਤਰੀ ਹੁੰਦੀਆਂ ਜਿਨ੍ਹਾਂ 'ਤੇ ਉਹਨੇ ਸਿਰਫ ਆਪਣੇ ਦਸਤਖਤ ਹੀ ਕਰਨੇ ਹੁੰਦੇ ਸਨ। ਸੋ ਅੱਜ ਵੀ ਚੰਗੀ ਖਾਸੀ ਗਰਮੀ ਸੀ। ਮਹਾਰਾਣੀ ਨੇ ਬਹੁਤੀਆਂ ਚਿੱਠੀਆਂ ਦਾ ਕੰਮ ਮੁਕਾ ਲਿਆ ਸੀ। ਹੁਣ ਉਹ ਆਰਾਮ ਕੁਰਸੀ ਦੀ ਢੋਅ ਲਗਾਈ ਆਪਣੇ ਪਤੀ ਐਲਬਰਟ ਬਾਰੇ ਸੋਚ ਰਹੀ ਸੀ। ਉਸ ਨੂੰ ਇਸੇ ਬਗੀਚੇ ਵਿੱਚ ਐਲਬਰਟ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਆਮ ਵਾਂਗ ਅੱਜ ਵੀ ਆ ਰਹੀਆਂ ਸਨ। ਉਹ ਉਹਨਾਂ ਯਾਦਾਂ ਤੋਂ ਵੱਖ ਨਹੀਂ ਸੀ ਹੋਣਾ ਚਾਹੁੰਦੀ। ਉਹਨੇ ਅੱਖਾਂ ਬੰਦ ਕਰ ਲਈਆਂ। ਉਹਨੂੰ ਲੱਗਾ ਜਿਵੇਂ ਐਲਬਰਟ ਉਹਦੇ ਪਿੱਛੇ ਖੜਾ ਉਹਦੇ ਸਿਰ 'ਤੇ ਚੁੰਮਣ ਕਰ ਰਿਹਾ ਹੋਵੇ। ਹੁਣ ਜਿਵੇਂ ਐਲਬਰਟ ਨੇ ਉਹਦੇ ਕੰਨ ਕੋਲ ਮੂੰਹ ਕਰਕੇ ਕਿਹਾ ਹੋਵੇ, ਆਈ ਲਵ ਯੂ। ਐਲਬਰਟ ਮਸੀਂ 41 ਸਾਲ ਦਾ ਸੀ ਜਦ 1861 ਉਹਦਾ ਇਸ ਦੁਨੀਆ ਨਾਲੋਂ ਨਾਤਾ ਟੁੱਟ ਗਿਆ ਸੀ। ਐਲਬਰਟ, ਇਹ ਤੋਂ ਬਿਨਾਂ ਜ਼ਿੰਦਗੀ ਜਿਉਣਾ ਮਹਾਰਾਣੀ ਲਈ ਸੋਚਣਾ ਵੀ ਮੁਸ਼ਕਲ ਸੀ। ਮਤਲਬ ਕਿ ਵਾਹਵਾ ਪਿਆਰ ਕਰਦੀ ਸੀ ਵਿਕਟੋਰੀਆ ਐਲਬਰਟ ਨੂੰ। ਉਹਨੂੰ ਐਲਬਰਟ ਨਾਲ ਬਿਤਾਏ ਪਹਿਲੇ ਦਿਨਾਂ ਦਾ ਖਿਆਲ ਆਇਆ। 20 ਸਾਲ ਦਾ ਐਲਬਰਟ ਉਹਦੇ ਉੱਤੇ ਫਿਦਾ ਹੋ ਗਿਆ ਸੀ ਅਤੇ ਉਹ ਵੀ ਉਹਦੇ ਪਿਆਰ ਤੋਂ ਬਚ ਨਹੀਂ ਸੀ ਸਕੀ। ਐਲਬਰਟ ਦੀ ਸੁੰਦਰਤਾ ਨੇ ਉਹਨੂੰ ਮੋਹ ਲਿਆ ਸੀ। ਉਹਨਾਂ ਦਾ ਵਿਆਹ ਹੋਇਆ ਅਤੇ ਉਹਨਾਂ ਦੇ 9 ਬੱਚੇ ਜੰਮੇ। ਐਲਬਰਟ ਦਾ ਬੁੱਤ ਉਹਦੀ ਯਾਦ ਵਿੱਚ ਹਾਈਡ ਪਾਰਕ 'ਚ ਲਗਾਇਆ ਗਿਆ ਸੀ। ਉਸ ਬੁੱਤ ਨੂੰ ਅਜੇ ਵੀ ਢੱਕਿਆ ਹੋਇਆ ਸੀ। ਐਲਬਰਟ ਦੀ ਮੌਤ ਨੂੰ ਕਈ ਸਾਲ ਬੀਤਣ ਬਾਅਦ ਮਹਾਰਾਣੀ ਅਜੇ ਵੀ ਸੋਗ ਮਨਾ ਰਹੀ ਸੀ। ਉਸ ਦਿਨ ਤੋਂ ਹੀ ਉਹ ਕਾਲੇ ਕੱਪੜੇ ਪਹਿਨ ਰਹੀ ਸੀ ਅਤੇ ਸ਼ਾਇਦ ਬਾਕੀ ਦੀ ਜ਼ਿੰਦਗੀ ਵੀ ਉਹ ਕਿਸੇ ਹੋਰ ਰੰਗ ਨੂੰ ਪਹਿਨ ਨਹੀਂ ਸਕੇਗੀ। ਹੁਣ ਉਹ ਸੋਚ ਰਹੀ ਸੀ ਕਿ ਜ਼ਿੰਦਗੀ ਨੂੰ ਅੱਗੇ ਤੋਰਨ ਲਈ ਇਸ ਗਮ ਵਿੱਚੋਂ ਬਾਹਰ ਨਿਕਲਣਾ ਜ਼ਰੂਰੀ ਸੀ। ਐਲਬਰਟ ਸਦਾ ਉਹਦੀਆਂ ਯਾਦਾਂ 'ਚ ਰਹੇਗਾ। ਪਰ ਨੌਕਰ ਨੇ 90 ਡਿਗਰੀ 'ਤੇ ਝੁਕਦਿਆਂ ਇੱਕ ਪੱਤਰ ਮਹਾਰਾਣੀ ਅੱਗੇ ਰੱਖਿਆ। ਮਹਾਰਾਣੀ ਨੇ ਪੱਤਰ ਵੇਖਿਆ, ਉਹਦੇ ਉੱਪਰ ਮਹਾਰਾਜਾ ਦਲੀਪ ਸਿੰਘ ਦਾ ਪਤਾ ਲਿਖਿਆ ਹੋਇਆ ਸੀ। ਮਹਾਰਾਣੀ ਨੇ ਸਿਰ ਹਿਲਾ ਕੇ ਨੌਕਰ ਨੂੰ ਜਾਣ ਲਈ ਇਸ਼ਾਰਾ ਕਰਤਾ ਅਤੇ ਮਹਾਰਾਣੀ ਦਲੀਪ ਸਿੰਘ ਬਾਰੇ ਸੋਚਣ ਲੱਗੀ। ਉਸ ਨੂੰ ਉਹ ਦਿਨ ਅਜੇ ਵੀ ਯਾਦ ਸੀ ਜਿਸ ਦਿਨ ਦਲੀਪ ਸਿੰਘ ਨੂੰ ਇੰਡੀਆ ਤੋਂ ਇੰਗਲੈਂਡ ਲਿਆਂਦਾ ਗਿਆ ਸੀ ਅਤੇ ਮਹਾਰਾਣੀ ਨਾਲ ਉਹਦੀ ਪਹਿਲੀ ਮੁਲਾਕਾਤ ਹੋਈ ਸੀ। ਦਲੀਪ ਸਿੰਘ ਦੇ ਸੁਹੱਪਣ ਦੀ ਉਹ ਕਾਇਲ ਹੋ ਗਈ ਸੀ। ਦਲੀਪ ਉਹਦੇ ਵੱਡੇ ਬੇਟੇ ਬਰਟੀ ਦੇ ਹਾਣ ਪ੍ਰਵਾਣ ਦਾ ਹੀ ਸੀ। ਹਮ ਉਮਰ ਹੋਣ ਕਰਕੇ ਦੋਵਾਂ ਮੁੰਡਿਆਂ ਦੀ ਬਹੁਤ ਚੰਗੀ ਦੋਸਤੀ ਹੋ ਗਈ ਸੀ। ਮਹਾਰਾਣੀ ਨੇ ਜਦੋਂ ਪਹਿਲੀ ਵਾਰ ਦਲੀਪ ਸਿੰਘ ਨੂੰ ਵੇਖਿਆ ਤੇ ਦਲੀਪ ਨੇ ਉਹਨੂੰ ਝੁੱਕ ਕੇ ਪ੍ਰਣਾਮ ਕੀਤਾ। ਜਦ ਉਹਨੇ ਦਲੀਪ ਨੂੰ ਕਿਹਾ ਸੀ, ਮਹਾਰਾਜਾ ਦਾ ਇੰਗਲੈਂਡ ਵਿੱਚ ਸਵਾਗਤ ਹੈ, ਮੈਨੂੰ ਇੱਥੇ ਆ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ, ਖਾਸ ਤੌਰ 'ਤੇ ਹਰ ਹਾਈਨੈਸ ਨੂੰ ਮਿਲ ਕੇ। ਉਹਦੇ ਸਲੀਕੇ, ਉਹਦੀ ਸ਼ੁੱਧ ਅੰਗਰੇਜ਼ੀ ਬੋਲਣ ਦੀ ਸਮਰੱਥਾ ਨੇ ਉਹਨੂੰ ਬੜਾ ਹੀ ਪ੍ਰਭਾਵਿਤ ਕੀਤਾ ਸੀ। ਮਹਾਰਾਣੀ ਨੂੰ ਪੰਜਾਬ ਨੂੰ ਪੂਰੀ ਤਰ੍ਹਾਂ ਕਬਜ਼ੇ ਵਿੱਚ ਕਰਨ ਤੋਂ ਬਾਅਦ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦਾ ਨੂੰ ਕੈਦ ਕਰ ਲਿਆ ਗਿਆ ਸੀ। ਖਾਲਸਾ ਫੌਜ ਤੋੜ ਦਿੱਤੀ ਗਈ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਬਾਹਰ ਲਿਜਾਣ ਦਾ ਪ੍ਰਬੰਧ ਕਰ ਦਿੱਤਾ ਗਿਆ ਸੀ। ਇੰਡੀਆ ਦੀਆਂ ਬਹੁਤ ਸਾਰੀਆਂ ਰਿਆਸਤਾਂ ਨੇ ਬ੍ਰਿਟਿਸ਼ ਸਰਕਾਰ ਦੀ ਈਨ ਮੰਨ ਲਈ ਸੀ।
ਪੰਜਾਬ ਦੀਆਂ ਰਿਆਸਤਾਂ ਜਿਵੇਂ ਪਟਿਆਲਾ, ਨਾਭਾ, ਕਪੂਰਥਲਾ, ਫਰੀਦਕੋਟ ਆਦਿ ਵੀ ਦਿੱਲੀ ਦੀ ਈਨ ਮੰਨ ਕੇ ਸਾਲਾਨਾ ਟੈਕਸ ਭਰਦੇ ਸਨ। ਬਦਲੇ ਵਿੱਚ ਉਹਨਾਂ ਨੂੰ ਆਪਣੀ ਰਿਆਸਤ ਨੂੰ ਮਰਜ਼ੀ ਨਾਲ ਚਲਾਉਣ ਦਾ ਹੱਕ ਸੀ। ਉਹ ਮਰਜ਼ੀ ਨਾਲ ਟੈਕਸ ਲਾ ਸਕਦੇ ਸਨ, ਕਿਸੇ ਨੂੰ ਕੈਦ ਕਰ ਸਕਦੇ ਸਨ ਜਾਂ ਆਜ਼ਾਦ ਕਰ ਸਕਦੇ ਸਨ, ਛੋਟੀ ਮੋਟੀ ਫੌਜ ਵੀ ਰੱਖ ਸਕਦੇ ਸਨ। ਜਦੋਂ ਤੱਕ ਦਿੱਲੀ ਦਰਬਾਰ ਨੂੰ ਇਹਨਾਂ ਮਹਾਰਾਜਿਆਂ ਤੋਂ ਕੋਈ ਖਤਰਾ ਮਹਿਸੂਸ ਨਹੀਂ ਸੀ ਹੁੰਦਾ, ਉਹ ਮਨ ਮਰਜ਼ੀ ਕਰ ਸਕਦੇ ਸਨ। ਜਦੋਂ ਮਾੜਾ ਮੋਟਾ ਦਿੱਲੀ ਖਿਲਾਫ ਕਿਸੇ ਨੇ ਸੁਪਨਾ ਵੀ ਲਿਆ ਤਾਂ ਉਸ ਰਾਜੇ ਨੂੰ ਦਿੱਲੀ ਨੇ ਗੱਦੀ ਤੋਂ ਲਾ ਕੇ ਦੇਸ਼ ਨਿਕਾਲਾ ਦੇ ਦਿੱਤਾ ਤੇ ਉਹਦੀ ਥਾਂ ਕਿਸੇ ਹੋਰ ਨੂੰ ਬਿਠਾ ਦਿੱਤਾ। ਸਿੱਖ ਰਾਜ ਦੇ ਪੰਜਾਬ ਵਿੱਚ ਅਜਿਹਾ ਨਹੀਂ ਸੀ ਹੋ ਸਕਿਆ। ਮਹਾਰਾਜਾ ਨੂੰ ਪੰਜਾਬ ਦੇ ਲੋਕਾਂ ਤੋਂ ਦੂਰ ਲਿਜਾ ਕੇ ਹੀ ਪੰਜਾਬ ਵਿੱਚ ਉਹਦੇ ਹੱਕ ਵਿੱਚ ਉੱਠਣ ਵਾਲੀ ਸੰਭਾਵਿਤ ਲਹਿਰ ਤੋਂ ਮੁਕਤ ਹੋਇਆ ਜਾ ਸਕਦਾ ਸੀ। ਉਸ ਨੂੰ ਉਹਦੇ ਜਨਮ ਸਥਾਨ ਤੋਂ ਦੂਰ, ਉਹਦੇ ਲੋਕਾਂ ਤੋਂ ਦੂਰ, ਉਹਦੀ ਮਾਂ ਤੋਂ ਦੂਰ ਤੇ ਉਹਦੇ ਰਾਜ ਤੋਂ ਦੂਰ, ਉਸ ਨੂੰ ਉਹਦੇ ਪਿਓ ਨੇ ਬੜੀ ਮਿਹਨਤ ਅਤੇ ਲਗਨ ਨਾਲ ਕਾਇਮ ਕੀਤਾ ਸੀ। ਮਹਾਰਾਜਾ ਦਲੀਪ ਸਿੰਘ ਨੂੰ ਸੈਂਕੜੇ ਮੀਲ ਦੂਰ ਫਤਿਹਗੜ੍ਹ ਯੂਪੀ ਲਿਜਾਇਆ ਗਿਆ। ਫਤਿਹਗੜ੍ਹ ਵਿੱਚ ਦਲੀਪ ਸਿੰਘ ਨੇ ਹਾਲਾਤ ਨਾਲ ਸਮਝੌਤਾ ਕੀਤਾ। ਅੰਗਰੇਜ਼ ਅਫਸਰਾਂ ਦੇ ਮੁੰਡਿਆਂ ਨਾਲ ਖੇਡਦਾ, ਉਹਨਾਂ ਨਾਲ ਦੋਸਤੀ ਕਰਦਾ, ਉਹ ਅੰਗਰੇਜ਼ੀ ਸਿੱਖ ਗਿਆ ਸੀ। ਡਾਕਟਰ ਲੋਗਨ ਜੋ ਉਹਦਾ ਸਰਪ੍ਰਸਤ ਸੀ, ਉਹਨੂੰ ਅੰਗਰੇਜ਼ੀ ਤੌਰ ਤਰੀਕੇ ਸਿਖਾਏ ਉਹਨੇ। ਉਹ ਭਾਵੇਂ ਅਜੇ ਵੀ ਆਪਣੀ ਦਸਤਾਰ ਸਜਾਉਂਦਾ ਸੀ, ਕਢਾਈ ਵਾਲੇ ਕੱਪੜੇ ਪਹਿਨਦਾ, ਹੀਰੇ ਜਵਾਹਰਾਤ ਪਹਿਨਦਾ, ਪਰ ਉਹ ਹੌਲੀ ਹੌਲੀ ਅੰਗਰੇਜ਼ਾਂ ਵਿੱਚ ਰਹਿ ਕੇ ਕੁਦਰਤੀ ਹੀ ਅੰਗਰੇਜ਼ੀ ਸੁਭਾਅ ਨੂੰ ਗ੍ਰਹਿਣ ਕਰ ਰਿਹਾ ਸੀ। ਇੱਥੋਂ ਤੱਕ ਕਿ ਉਹਨੇ ਸ਼ੇਕਸਪੀਅਰ ਨੂੰ ਪੜ੍ਹਾਇਆ, ਭਾਵੇਂ ਉਸ ਕੋਲ ਇੱਕ ਪੰਜਾਬੀ ਭਾਈ ਵੀ ਸੀ ਅਤੇ ਇੱਕ ਹਿੰਦੂ ਬ੍ਰਾਹਮਣ ਵੀ ਲਾਹੌਰ ਤੋਂ ਨਾਲ ਲਿਆਂਦਾ ਗਿਆ ਸੀ, ਪਰ ਉਸਨੇ ਬਾਈਬਲ ਵਿੱਚ ਜ਼ਿਆਦਾ ਦਿਲਚਸਪੀ ਲਈ। ਬਾਈਬਲ ਹੀ ਗੋਰਿਆਂ ਨੇ ਉਹਨੂੰ ਸਮਝਾਈ ਸੀ ਤੇ ਉਹ ਕ੍ਰਿਸਚਨ ਬਣ ਗਿਆ ਸੀ। ਮਹਾਰਾਣੀ ਵਿਕਟੋਰੀਆ ਉਸ ਵਿੱਚ ਆ ਰਹੀ ਤਬਦੀਲੀ ਵਿੱਚ ਖਾਸ ਦਿਲਚਸਪੀ ਰੱਖਦੀ ਸੀ। ਲੋਗਨ ਉਹਨੂੰ ਮਹਾਰਾਜਾ ਬਾਰੇ ਚਿੱਠੀਆਂ ਲਿਖਦਾ, ਉਸ ਵਿੱਚ ਆ ਰਹੀਆਂ ਤਬਦੀਲੀਆਂ ਬਾਰੇ ਮਹਾਰਾਣੀ ਨੂੰ ਸੂਚਿਤ ਕਰਦਾ। ਮਹਾਰਾਣੀ ਦੀ ਦਿਲਚਸਪੀ ਮਹਾਰਾਜੇ ਵਿੱਚ ਵਧਦੀ ਗਈ ਸੀ। ਉਹ ਉਹਨੂੰ ਵੇਖ ਕੇ ਖੁਸ਼ ਹੋਈ ਸੀ। ਬਰਟੀ ਇਹਨਾਂ ਨੂੰ ਬਾਹਰ ਆਇਆ ਤੇ ਮਹਾਰਾਣੀ ਦੇ ਕੋਲ ਆ ਕੇ ਬਹਿ ਗਿਆ, ਜੋ ਕਿ ਵਿਕਟੋਰੀਆ ਰਾਣੀ ਦਾ ਮੁੰਡਾ ਸੀ ਬਰਟੀ। ਮਹਾਰਾਜ ਦੀ ਚਿੱਠੀ ਆਈ ਹੈ ਪਰ ਮੈਂ ਅਜੇ ਪੜ੍ਹੀ ਨਹੀਂ, ਇਹ ਕਹਿ ਕੇ ਮਹਾਰਾਣੀ ਨੇ ਚਿੱਠੀ ਖੋਲ੍ਹ ਕੇ ਪੜ੍ਹਨੀ ਸ਼ੁਰੂ ਕੀਤੀ। 8 ਅਗਸਤ 1876 ਮਹਾਰਾਣੀ ਬੰਬਾ ਨੇ ਬੱਚੀ ਨੂੰ ਜਨਮ ਦਿੱਤਾ ਹੈ, ਜਿਸਦਾ ਨਾਂ ਉਸਨੇ ਸੋਫੀਆ ਅਲੈਗਜ਼ੈਂਡਰੋਵਾ ਦਲੀਪ ਸਿੰਘ ਰੱਖਿਆ ਹੈ ਅਤੇ ਉਸਨੇ ਬੇਨਤੀ ਕੀਤੀ ਹੈ ਕਿ ਮੈਂ ਉਹਦੀ ਗੋਡ ਮਦਰ ਬਣਨਾ ਪ੍ਰਵਾਨ ਕਰ ਲਵਾਂ। ਚਿੱਠੀ ਜੇ ਲਿਖਿਆ ਸੀ ਮਹਾਰਾਣੀ ਨੂੰ। ਆਹਾ, ਮਹਾਰਾਣੀ ਬੰਬਾ ਨੂੰ 5 ਸਾਲ ਆਰਾਮ ਮਿਲ ਗਿਆ। ਪਹਿਲਾਂ ਤਾਂ ਵਿਕਟਰ ਤੋਂ ਲੈ ਕੇ ਲਗਾਤਾਰ ਹੀ ਬੱਚੇ ਜੰਮਦੇ ਰਹੇ ਨੇ। ਬਰਟੀ ਹੱਸਿਆ। ਉਹ ਅਜਿਹੇ ਮਖੌਲ ਮਹਾਰਾਜੇ ਨਾਲ ਵੀ ਕਰਦਾ ਰਹਿੰਦਾ ਸੀ, ਪਰ ਮਹਾਰਾਣੀ ਵਿਕਟੋਰੀਆ ਸੀ ਜਿਹੜੀ, ਇਹ ਬੜੀ ਹੀ ਗੰਭੀਰ ਕਿਸਮ ਦੀ ਸੀ। ਤਾਂ ਵੈਸੇ ਮੈਮ ਇੱਕ ਗੱਲ ਹੈ, ਉਹਨੇ ਆਪਣੇ ਸਾਰੇ ਬੱਚਿਆਂ ਦੇ ਨਾਵਾਂ ਦੇ ਨਾਲ ਤੁਹਾਡਾ ਨਾਂ ਜ਼ਰੂਰ ਜੋੜਿਆ ਹੈ। ਕੁੜੀਆਂ ਦੇ ਨਾਂ ਨਾਲ ਅਲੈਗਜ਼ੈਂਡਰੀਨਾ ਜਾਂ ਵਿਕਟੋਰੀਆ ਅਤੇ ਮੁੰਡਿਆਂ ਦੇ ਨਾਂ ਨਾਲ ਵਿਕਟਰ। ਹਾਂ, ਉਹ ਠੀਕ ਹੈ, ਵਿਕਟਰ ਦੀ ਵੀ ਮੈਂ ਗੋਡ ਮਦਰ ਹਾਂ, ਮੈਂ ਉਸਨੂੰ ਪਿਆਰ ਵੀ ਕਰਦੀ ਹਾਂ, ਮਹਾਰਾਜਾ ਵੀ ਮੇਰੇ ਦਿਲ ਦੇ ਬਹੁਤ ਨੇੜੇ ਹੈ। ਜੇ ਹੁਣ ਉਸਨੇ ਕਿਹਾ ਹੈ ਤਾਂ ਮੈਂ ਜ਼ਰੂਰ ਉਹਦੀ ਬੇਨਤੀ ਪ੍ਰਵਾਨ ਕਰਾਂਗੀ। ਮਹਾਰਾਣੀ ਵਿਕਟੋਰੀਆ ਫਿਰ ਮਹਾਰਾਜੇ ਬਾਰੇ ਸੋਚਣ ਲੱਗੀ। ਹੁਣ ਆਉਂਦੇ ਆਪਾਂ ਮਹਾਰਾਜਾ ਦਲੀਪ ਸਿੰਘ ਵੱਲ। ਮਹਾਰਾਜਾ ਦਲੀਪ ਸਿੰਘ ਰਾਤ ਨੂੰ ਘੂਕ ਸੁੱਤਾ ਪਿਆ ਸੀ। ਉਹਨੂੰ ਲੱਗਿਆ ਜਿਵੇਂ ਉਹਦੀ ਮਾਂ ਮਹਾਰਾਣੀ ਜਿੰਦਾ ਉਹਦੇ ਸਿਰ 'ਤੇ ਹੱਥ ਫੇਰ ਰਹੀ ਹੋਵੇ ਅਤੇ ਉਹਦੇ ਮੱਥੇ ਨੂੰ ਚੁੰਮਿਆ ਹੋਵੇ। ਪਲਾਂ ਵਿੱਚ ਮਹਾਰਾਜੇ ਨੂੰ ਜਾਗ ਆ ਗਈ। ਇਹ ਤਾਂ ਸੰਭਵ ਹੀ ਨਹੀਂ ਸੀ ਹੋ ਸਕਦਾ, ਮਹਾਰਾਣੀ ਜਿੰਦਾ ਤਾਂ ਅੰਗਰੇਜ਼ਾਂ ਦੀ ਕੈਦ ਵਿੱਚ ਸੀ। ਸਾਲਾਂ ਤੋਂ ਉਹ ਮਾਂ ਦੀ ਮਮਤਾ ਨੂੰ ਤਰਸ ਰਿਹਾ ਸੀ, ਮਾਂ ਦੀ ਬੁੱਕਲ ਦੇ ਨਿੱਘ ਨੂੰ ਤਾਂ ਜਿਵੇਂ ਉਹ ਭੁੱਲ ਹੀ ਗਿਆ ਹੋਵੇ। ਇੱਕ ਸਮਾਂ ਸੀ ਜਦ ਉਹ ਮਾਂ ਦੀ ਬੁੱਕਲ ਵਿੱਚ ਮਚਲ ਰਿਹਾ ਸੀ ਤੇ ਅਗਲੇ ਦਿਨ ਮਾਂ ਨੂੰ ਗੋਰਿਆਂ ਨੇ ਕੈਦ ਕਰ ਲਿਆ ਸੀ। ਮਾਸੂਮ ਬੱਚਾ ਮਾਂ ਦੀ ਛਤਰ ਛਾਇਆ ਬਿਨਾਂ ਗੁਆਚਿਆ ਜਿਹਾ ਬੈਠਾ ਸੀ। ਤਾਂ ਲਾਰਡ ਡਲਹੌਜੀ ਦੀਆਂ ਸਖ਼ਤ ਨਜ਼ਰਾਂ ਅਜੇ ਵੀ ਉਹਨੂੰ ਯਾਦ ਸਨ। ਪਹਿਲੀ ਨਜ਼ਰ ਹੀ ਉਹਨੂੰ ਅਹਿਸਾਸ ਹੋ ਗਿਆ ਸੀ ਕਿ ਡਲਹੌਜੀ ਹੈ ਜਿਹੜਾ ਉਹਨੂੰ ਪਸੰਦ ਨਹੀਂ ਸੀ ਕਰਦਾ। ਇਹ ਤਾਂ ਬਾਅਦ ਵਿੱਚ ਉਹਨੂੰ ਪਤਾ ਲੱਗਾ ਡਲਹੌਜੀ ਅਸਲ ਦੇ ਵਿੱਚ ਏਸ਼ੀਅਨ ਲੋਕਾਂ ਨੂੰ ਅੰਦਰੋਂ ਅੰਦਰ ਨਫ਼ਰਤ ਕਰਦਾ ਸੀ। ਪਤਾ ਨਹੀਂ ਕਿੰਨੀ ਵਾਰ ਬੀਬੀ ਜੀ ਦਾ ਖਿਆਲ ਉਹਦੇ ਮਨ ਮਸਤਕ ਵਿੱਚੋਂ ਲੰਘਦਾ, ਪਰ ਉਹ ਆਪਣੇ
नवे हालात अनुसार किसी नाल कुछ भी सांझा करन तों असमर्थ सी। महाराजा उठ के पलंग ते बैठ गया। मोमबत्ती दी एक सार लाट मां दी ममता वांग क्यानन वंडदी खुद पिघल रही सी। कुछ देर वह नीझ लाई मोमबत्ती दी लाट वल वेखदा रहा। मां उहदे मन अंदर दीआं नेरियां नुकरां विच्चों बाहर आ गई सी। वह उदास बैठा बेबसी नाल कमरे दी सुन्न सरां दा शोर सुणदा रहा। कदी कदी उहनूं लगदा वह खुद तां चुप है पर उहदे मन विच बहुत शोर है जो उस बिना किसी होर नूं नहीं सुणदा। शेरे पंजाब दी मौत तो बाद राज घराणे विच जिवें मौत दा बिगल बज गया होवे, गद्दी नशीन होण दी इच्छा ने एक दूजे विरुद्ध खतरनाक अते भरा मारू गोंदां गुंदियां। अंग्रेजां नाल समझौते कीते, सरदारां नूं लालच दित्ते। खालसा फौज ने उहदे मामे जवाहर दा तां उहदे सामने सिर कलम करता सी। राणी जिंदा दे पैसे ढिले दे लालच नूं भी खालसा फौज ने दुरकार दित्ता। बस सिख राज दे आखरी चिराग नूं बचाउण अते उहदी रक्षा दा प्रण दोहराया सी। परिवार दे जी खुद भी मरे ते सिख राज नूं भी मारिया। उन्हें डूंघा साह लिया फिर सौ जाण दी कोशिश कीती। नींद तां जिवें चिड़ी वांग उडारी मार गई होवे। सोचां दा बहन होर पासे नूं बह तुरिया। शेरे पंजाब ने रात दीआं हद्दां तां वधाईआं पर उन्हां दी राखी लई अपने किसी भी जान नशीन नूं अपने वर्गा दलेर सूझवान नीतिवान ते राज संचालक बनाउण विच सफल नहीं होए। जां शायद इस पासे उन्हां दा ध्यान ही नहीं गया होवे। कोई भी तां नहीं सी जिस दीआं पैड़ां विच बाकी दा सारा परिवार पैर धरन लई तैयार हुंदा। उहदा व्यक्तित्व अजिहा हुंदा जो दूजिआं नूं उहदे पिछे लगण लई मजबूर होना पैंदा। इह जिम्मेवारी तां शेरे पंजाब दी ही बणदी सी। इन्हां गिणतियां मिंटियां विच ही पता नहीं कदों उहनूं नींद आ गई। सवेरे जदों उठिआ तां डाक्टर लोगन अते लीना लोगन उहदी नाश्ते लई उडीक कर रहे सी। उहनां नूं गुड मॉर्निंग कह के उह अपनी कुर्सी ते बैठ गिआ। डाक्टर लोगन अते उसदी पत्नी लीना लोगन उहदे सरप्रस्त सन जिन्हां दी निगरानी च इह रहिंदा सी। उन्हां ने उन्हों अंग्रेजी पढ़नी बोलनी ही नहीं सी सिखाई सगो बाइबल पढ़न दे नाल नाल हुण उह शेक्सपीयर भी पढ़ रहा सी। उहदी बोलचाल रहन सहन खाण पीण अते तौर तरीके अंग्रेजां वाले बन रहे सन। लोगन जोड़े नाल उहदा बड़ा मोह बन गया सी अते उन्हां नाल उह हर गल सांझी कर लैंदा सी। महाराजा अज क्रिकेट का मैच खेडण तों बाद शेक्सपीयर बारे कुछ गल्लां करांगे। वैसे किवें लगदा शेक्सपीयर पढ़ना? लोगन ने गल चलाई। उन्हूं महाराजा कुछ चुप लग्या सी। अगे वह कहिंदा हाँ शेक्सपीयर दिलचस्प लगदा। उन्हें संखेप जवाब दिता। कुछ देर चुप रह के वह फिर बोलिया। वह कहिंदा मैनू राती सुपने विच बीबी जी मिले सन। वैसे उन्हां बारे कुछ जानकारी तां तुसीं मैनूं दे ही सकदे हो। महाराजे ने लोगन वल देखिया अखां च अखां पा के लोगन दीआं। लोगन सोचां च पै गया। बेशक उसनूं महाराजे नाल दिली लगा सी पर फिर भी उह सरकार दा नौकर सी अंग्रेज़ दा ते सरकार नाल उहदी पहली वफादारी सी। उहनूं पता सी महाराणी जिंदा नूं शेखूपुरा दे नज़रबंदी तों कढ के बनारस भेजता सी ते फिर चुनार तों महाराणी कुछ दिन पहलां चकमा दे के बच निकली सी ते भिखारण दे भेस विच नेपाल पहुँच के उत्थों दे राजे दी इन्हां ने शरण ले ली सी महाराणी जिंदा ने। अंग्रेज़ इस पक्षों बेफिक्र हो गए सन कि महाराणी हुण ना तां महाराजे दे कन्न भर सकदी सी ते ना ही अपने लोकां तक किसे किस्म दी पहुँच कर सकदी सी। वैसे सरकार दी उते पूरी अक सी। अपने अफसरां दी इजाजत बिना वह यह गल महाराजे नाल सांझी नहीं सी कर सकदा। तां महाराजा कुछ गल्लां वस तों बाहर हुंदियां ने। मां दा सुपना आउणा चंगी गल है, यह मां प्रति प्यार अते सत्कार दा सूचक है, पर जो साडे वस विच ना होवे उस बारे सोच के अपने आप नूं परेशान करन दा की लाभ। मेरे ख्याल च क्रिकेट खेडण जाण दा समां हो गया है। लोगन ने जेब घड़ी अपनी जेब चों कढ के समां देखिया। असल विच ओह महाराजे नाल अख नहीं सी मिलाउणा चाहुंदा। हुण महाराजे नूं लाहौर तों फतेहपुर यूपी लियांदा गया सी ਤਾਂ ਜੋ ਉਸ ਨੂੰ ਸਿੱਖਾਂ ਤੋਂ ਦੂਰ ਕੀਤਾ ਜਾ ਸਕੇ। ਉਸ ਸਮੇਂ ਖਾਲਸਾ ਫੌਜ ਤੋੜ ਦਿੱਤੀ ਗਈ ਸੀ। ਲਾਹੌਰ ਦੇ ਲੋਕ ਆਪਣੇ ਮਹਾਰਾਜੇ ਨੂੰ ਜਾਂਦਿਆਂ ਦੇਖ ਅੱਖਾਂ ਭਰੀ ਸੜਕਾਂ 'ਤੇ ਖੜ੍ਹੇ ਸਨ। ਮਹਾਰਾਜੇ ਦੀਆਂ ਸਿਮਰਤੀਆਂ ਵਿੱਚ ਇਹ ਸੀਨ ਅਜੇ ਵੀ ਤਾਜ਼ਾ ਸੀ। ਇੱਥੇ ਬਹੁਤ ਸਾਰੇ ਅੰਗਰੇਜ਼ ਅਫਸਰ ਸਨ। ਉਹਨਾਂ ਦੇ ਬੱਚਿਆਂ ਨਾਲ ਹੀ ਮਹਾਰਾਜੇ ਦਾ ਖੇਡਣ ਕੁੱਦਣ ਸੀ। ਉਹਨਾਂ ਤੋਂ
ਉਹ ਇੰਗਲੈਂਡ ਬਾਰੇ ਗੱਲਾਂ ਸੁਣਦਾ। ਉਹਨਾਂ ਨਾਲ ਗੱਲ ਕਰਨ ਦੀ ਹੁਣ ਉਹਨੂੰ ਕੋਈ ਝਿਜਕ ਨਹੀਂ ਸੀ। ਉਹ ਅੰਗਰੇਜ਼ੀ ਵਿੱਚ ਉਹਨਾਂ ਨਾਲ ਵਾਰਤਾਲਾਪ ਵੀ ਕਰ ਲੈਂਦਾ ਸੀ। ਉਹਨਾਂ ਵਿੱਚ ਇੱਕ ਲੜਕਾ ਸਕੌਟ ਨਾਂ ਦਾ ਸੀ। ਉਹ ਮਹਾਰਾਜੇ ਦਾ ਕਾਫੀ ਮਿੱਤਰ ਸੀ। ਇੱਕ ਦਿਨ ਉਸਨੇ ਮਹਾਰਾਜੇ ਨੂੰ ਮਹਾਰਾਣੀ ਜਿੰਦਾ ਦੇ ਭੱਜ ਜਾਣ ਦੀ ਖ਼ਬਰ ਦਿੱਤੀ। ਉਸਨੇ ਆਪਣੇ ਪਿਓ ਨੂੰ ਮਾਂ ਨਾਲ ਗੱਲ ਕਰਦਿਆਂ ਸੁਣਿਆ ਸੀ ਤਾਂ ਮਹਾਰਾਜਾ ਸੁਣ ਕੇ ਖੁਸ਼ ਹੋ ਗਿਆ ਸੀ। ਸਕੌਟ ਨੇ ਇਹ ਭੇਤ ਕਿਸੇ ਨਾਲ ਵੀ ਸਾਂਝਾ ਨਾ ਕਰਨ ਦੀ ਕਸਮ ਦੇ ਕੇ ਕਹਿ ਲਈਏ ਵੀ ਦੱਸਿਆ ਸੀ ਮਹਾਰਾਜੇ ਨੂੰ ਇਸ ਗੱਲ ਬਾਰੇ। ਅੱਗਿਓਂ ਮਹਾਰਾਜਾ ਹਰ ਹਾਈਨੈਸ ਕੁਈਨ ਵਿਕਟੋਰੀਆ ਦੀ ਚਿੱਠੀ ਆਈ ਹੈ। ਉਹਨੇ ਮਹਾਰਾਜੇ ਬਾਰੇ ਖਾਸ ਤੌਰ 'ਤੇ ਜਾਣਕਾਰੀ ਮੰਗੀ ਸੀ। ਮੈਂ ਲਿਖ ਦਿੱਤਾ ਹੁਣ ਮਹਾਰਾਜਾ ਬਹੁਤ ਚੰਗੀ ਅੰਗਰੇਜ਼ੀ ਬੋਲਣ 'ਚ ਮਾਹਰ ਹੈ। ਉਹਨੂੰ ਸ਼ਿਕਾਰ ਖੇਡਣ ਦਾ ਸ਼ੌਕ ਹੈ। ਕੁਝ ਹੋਰ ਵੀ ਲਿਖਾਂ। ਮਿਸਿਜ਼ ਲੋਗਨ ਨੇ ਇੱਕ ਦਿਨ ਮਹਾਰਾਜੇ ਨੂੰ ਕੁਈਨ ਵਿਕਟੋਰੀਆ ਦੀ ਫਿਰ ਚਿੱਠੀ ਦਿਖਾਈ। ਜੋ ਮਰਜ਼ੀ ਲਿਖੋ, ਜੋ ਵੀ ਸਹੀ ਹੈ, ਪਰ ਉਹਨਾਂ ਨੇ ਤਾਂ ਮੇਰੇ ਰੰਗ, ਕੱਦ, ਅੱਖਾਂ, ਪਹਿਰਾਵਾ ਸਭ ਕੁਝ ਬਾਰੇ ਵੀ ਪੁੱਛਿਆ ਸੀ। ਮਹਾਰਾਜੇ ਨੇ ਲੀਨਾ ਨੂੰ ਚਿੱਠੀ ਫੜਾਉਂਦਿਆਂ ਕਿਹਾ। ਮਹਾਰਾਣੀ ਦੀ ਜਾਣਨ ਦੀ ਉਤਸੁਕਤਾ ਸੀ ਤੇ ਮੈਂ ਲਿਖ ਦਿੱਤਾ ਕਿ ਮਹਾਰਾਜੇ ਦਾ ਰੰਗ ਕਣਕ ਬੰਨਾ, ਅੱਖਾਂ ਦੇ ਝਿੰਮਣ ਲੰਬੇ ਹਲਕੇ ਸ਼ਹਿਦ ਰੰਗੀਆਂ ਅੱਖਾਂ ਤੇ ਕੱਦ ਤਾਂ ਅਜੇ ਵਧਣਾ ਹੈ। ਪਹਿਰਾਵੇ ਦਾ ਵੀ ਮੈਂ ਲਿਖ ਦਿੱਤਾ ਸੀ। ਸਿਰ ਤੇ ਪੱਗ ਅਤੇ ਕਲਗੀ ਲੱਗੀ ਹੋਈ ਹੈ, ਤੰਗ ਪਜਾਮੀ ਤੇ ਸਿਲਕੀ ਅਚਕਨ ਅਤੇ ਗਲ 'ਚ ਹੀਰੇ ਜਵਾਹਰਾਤ ਦੀ ਸੰਗਲੀ ਜਿਹਨੂੰ 5 ਵਾਰ ਮਹਾਰਾਜੇ ਨੇ ਗਲ ਵਿੱਚ ਘੁਮਾ ਕੇ ਵੱਖੋ ਵੱਖਰੇ ਸਾਈਜ਼ ਦੀਆਂ ਲੜੀਆਂ ਬਣਾਈਆਂ ਹੋਈਆਂ ਨੇ। ਮਹਾਰਾਜੇ ਦਾ ਸੋਹਣਾ ਮੁੰਡਾ ਹੋਰ ਕੋਈ ਸ਼ਾਇਦ ਹੀ ਹੋਵੇ। ਇਹ ਕਹਿੰਦਿਆਂ ਲੀਨਾ ਦੀਆਂ ਅੱਖਾਂ ਵਿੱਚ ਮੋਹ ਮਮਤਾ ਦੇ ਡੋਰੇ ਚਮਕੇ ਤੇ ਉਹ ਮੁਸਕਰਾਈ। ਮੈਂ ਵੀ ਵੇਖਣਾ ਚਾਹੁੰਦਾ ਉਹ ਰਾਜ ਘਰਾਣਾ ਤੇ ਮਹਾਰਾਣੀ ਕਿਹੋ ਜਿਹੀ ਹੋਵੇਗੀ ਜਿਹਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ। ਮਹਾਰਾਜਾ ਪੱਛਮ ਵਿੱਚ ਡੁੱਬ ਰਹੇ ਸੂਰਜ ਨੂੰ ਵੇਖਣ ਲੱਗਾ ਤੇ ਇਸ ਵੇਲੇ ਉਹਦੀ ਪਿੱਠ ਲਾਹੌਰ ਵੱਲ ਸੀ। ਇੱਕ ਦਿਨ ਕੀ ਹੋਇਆ, ਇੱਕ ਦਿਨ ਘਬਰਾਈ ਜਿਹੀ ਲੀਨਾ ਨੇ ਲੋਗਨ ਨੂੰ ਆਵਾਜ਼ ਮਾਰੀ। ਲੋਗਨ ਆਇਆ ਤਾਂ ਵੇਖ ਕੇ ਲੀਨਾ ਵਾਂਗ ਹੀ ਠਠੰਬਰ ਗਿਆ। ਮਹਾਰਾਜਾ ਆਪਣੇ ਸਿਲਕੀ ਲੰਬੇ ਵਾਲਾਂ ਨੂੰ ਕੈਂਚੀ ਦੇ ਨਾਲ ਕੁਤਰ ਰਿਹਾ ਸੀ। ਸਿੱਖਾਂ ਲਈ ਵਾਲਾਂ ਦੀ ਮਹੱਤਤਾ ਤੋਂ ਲੋਗਨ ਜੋੜਾ ਭਲੀ ਭਾਂਤ ਜਾਣੂ ਸੀ। ਉਹਨਾਂ ਨੇ ਕਿਹਾ ਕਿ ਮਹਾਰਾਜਾ ਇਹ ਕੀ ਸਿੱਖ ਹੁੰਦਿਆਂ ਵਾਲਾਂ ਨੂੰ ਕੱਟਣਾ, ਇਹ ਕੀ। ਅੱਗਿਓਂ ਮਹਾਰਾਜਾ ਕਹਿੰਦਾ, ਮੈਨੂੰ ਧਰਮ ਤਬਦੀਲੀ ਦੀ ਮਨਜ਼ੂਰੀ ਚਾਹੀਦੀ ਹੈ, ਅਜੇ ਮੈਂ ਸਿਰਫ ਵਾਲਾਂ ਦੀ ਲਿਟ ਹੀ ਕੱਟੀ ਹੈ ਇੱਕ। ਮਹਾਰਾਜੇ ਦੀ ਆਵਾਜ਼ ਵਿੱਚ ਬਗਾਵਤ ਦਾ ਅੰਸ਼ ਸੀਗਾ। ਤਾਂ ਅੱਗਿਓਂ ਲੋਗਨ ਨੇ ਜਵਾਬ ਦਿੱਤਾ ਕਿ ਇਹ ਮੇਰੇ ਵੱਸ ਦੀ ਗੱਲ ਨਹੀਂ, ਮੈਂ ਕੋਸ਼ਿਸ਼ ਕਰਾਂਗਾ, ਪਰ ਅਜੇ ਮਹਾਰਾਜੇ ਨੂੰ ਹੋਰ ਸੋਚ ਵਿਚਾਰ ਕਰਨੀ ਚਾਹੀਦੀ ਹੈ, ਲੋਗਨ ਨੇ ਜਵਾਬ ਦਿੱਤਾ। ਵੈਸੇ ਲੋਗਨ ਨੂੰ ਪਤਾ ਸੀ ਇਹ ਕੁਝ ਹੋਣਾ ਹੀ ਸੀ। ਬ੍ਰਿਟਿਸ਼ ਸਰਕਾਰ ਵੀ ਅੰਦਰੋਂ ਅੰਦਰ ਇਹੀ ਚਾਹੁੰਦੀ ਸੀ। ਉਹ ਲਾਹੌਰ ਤੋਂ ਇੱਕ ਨਾਲ ਗ੍ਰੰਥੀ ਲਿਆਏ ਸਨ ਜੋ ਮਹਾਰਾਜੇ ਲਈ ਪਾਠ ਪੜ੍ਹਦਾ ਸੀ, ਗੁਰੂ ਗ੍ਰੰਥ ਸਾਹਿਬ ਜੀ ਦਾ। ਤਾਂ ਮਹਾਰਾਜੇ ਨੂੰ ਸ਼ਾਇਦ ਪਾਠ ਦੀ ਸਮਝ ਹੀ ਕੋਈ ਨਾ ਆਉਂਦੀ ਹੋਵੇ। ਸਾਰੇ ਮਾਹੌਲ ਵਿੱਚ ਪੰਜਾਬੀ ਮਾਹੌਲ ਦਾ ਕੋਈ ਅੰਸ਼ ਮੌਜੂਦ ਨਹੀਂ ਸੀ। ਮਹਾਰਾਜੇ ਦੀ ਕੱਚੀ ਉਮਰ ਵਿੱਚ ਜੋ ਉਸਨੂੰ ਸਿਖਾਇਆ ਗਿਆ ਉਹੀ ਉਹਨੇ ਸਿੱਖਣਾ ਸੀ। ਹੁਣ ਮਹਾਰਾਜਾ ਸਿਰ 'ਤੇ ਪੱਗ ਤਾਂ ਬੰਨ੍ਹਦਾ, ਪਰ ਪੱਗ ਹੇਠ ਵਾਲਾਂ ਦਾ ਜੂੜਾ ਨਹੀਂ ਸੀ ਹੁੰਦਾ। ਦੂਰ ਦੀ ਸੋਚ ਕੇ ਲੋਗਨ ਨੂੰ ਕੋਈ ਅਫਸੋਸ ਨਹੀਂ ਸੀ ਹੋਇਆ। ਕੁਝ ਦੇਰ ਬਾਅਦ ਗਵਰਨਰ ਜਨਰਲ ਤੋਂ ਮਹਾਰਾਜੇ ਨੂੰ ਧਰਮ ਤਬਦੀਲੀ ਦੀ ਇਜਾਜ਼ਤ ਮਿਲ ਗਈ ਤਾਂ ਉਹ ਕ੍ਰਿਸਚੀਅਨ ਬਣ ਗਿਆ। ਗ੍ਰੰਥੀ ਨੂੰ ਉਹਨਾਂ ਨੇ ਲਾਹੌਰ ਵਾਪਸ ਭੇਜ ਦਿੱਤਾ। ਤਾਂ ਲੰਡਨ ਦੀਆਂ ਕਹਾਣੀਆਂ ਸੁਣ ਕੇ ਮਹਾਰਾਜਾ ਦਲੀਪ ਸਿੰਘ ਦਾ ਮਨ ਲੰਡਨ ਜਾਣ ਨੂੰ ਲਲਚਾਉਣ ਲੱਗਿਆ। ਵੈਸੇ ਵੀ ਲਾਹੌਰ ਵਿੱਚ ਹੁਣ ਉਹਦਾ ਆਪਣਾ ਤਾਂ ਕੋਈ ਹੈ ਨਹੀਂ ਸੀ। ਅੰਗਰੇਜ਼ਾਂ ਨੇ ਵੀ ਉਸਨੂੰ ਲਾਹੌਰ ਨਹੀਂ ਸੀ ਜਾਣ ਦੇਣਾ। ਮਹਾਰਾਣੀ ਵਿਕਟੋਰੀਆ ਮਹਾਰਾਜਾ ਦਲੀਪ ਸਿੰਘ ਵਿੱਚ ਕੁਝ ਜ਼ਿਆਦਾ ਹੀ ਦਿਲਚਸਪੀ ਲੈਂਦੀ ਸੀ। ਉਹ ਉਸਨੂੰ ਲੰਡਨ ਵਿੱਚ ਵੇਖਣਾ ਚਾਹੁੰਦੀ ਸੀ। ਇੰਡੀਆ ਆਫਿਸ ਨੇ ਵੀ ਸੋਚ ਵਿਚਾਰ ਬਾਅਦ ਮਹਾਰਾਜੇ ਨੂੰ ਲੰਡਨ ਲਿਆਉਣ ਵਿੱਚ ਹੀ ਭਲਾ ਸਮਝਿਆ ਅਤੇ ਮਹਾਰਾਜੇ ਨੂੰ ਇੰਗਲੈਂਡ ਦੇ ਸਫ਼ਰ ਦੀ ਤਿਆਰੀ ਕਰਨ ਲਈ ਕਹਿ ਦਿੱਤਾ ਗਿਆ। ਸੋ ਦੋਸਤੋ, ਇਹ ਪਹਿਲਾ ਭਾਗ ਇੱਥੋਂ ਤੱਕ। ਹੁਣ ਮਹਾਰਾਜਾ ਦਲੀਪ ਸਿੰਘ ਲੰਡਨ ਪਹੁੰਚਦਾ, ਉਸ ਤੋਂ ਅੱਗੇ ਹੁਣ ਕੀ ਹੁੰਦਾ ਅਗਲੇ ਭਾਗ ਵਿੱਚ, ਉਦੋਂ ਤੱਕ ਦਿਓ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।